ਪੰਜਾਬੀ ਉਹਨਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਤੇ ਉਸ ਪਰਮਜੀਤ ਸਿੰਘ ਭਗਰਾ। ਸਭ ਤੋਂ ਪਹਿਲਾਂ ਨਿੱਘਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਪੰਜਾਬ ਪੁਲਿਸ ਪੂਰੀ ਤਨਦੇਹੀ ਦੇ ਨਾਲ ਨਿਭਾ ਰਿਹਾ ਆਪਣੀ ਡਿਊਟੀ। ਅਨਾਜ ਮੰਡੀਆਂ 'ਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਤੇ ਆੜਤੀਏ ਮਜ਼ਦੂਰ ਹੋ ਰਹੇ ਨੇ ਪਰੇਸ਼ਾਨ। ਨਾਕੇ ਉੱਤੇ ਪੰਜਾਬ ਪੁਲਿਸ ਦੇ ASI ਦੀ ਲੱਥੀ ਪੱਗ, ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ। ਮਹਾਰਾਸ਼ਟਰ ਤੋਂ ਆਈ ਸੰਗਤ ਨੂੰ ਪਟਿਆਲਾ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਠਹਿਰਾਇਆ। ਖੰਨਾ 'ਚ ਹਵਾਲਾਤੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ। ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 100। ਲੋਕਡਾਊਨ 'ਚ ਵੱਖ-ਵੱਖ ਸੂਬਿਆਂ ਨੇ 6 ਰੂਟਾਂ 'ਤੇ ਚਲਾਈਆਂ ਸਪੈਸ਼ਲ ਟ੍ਰੇਨਾਂ। ਤੂਫਾਨ, ਹਨੇਰੀ ਤੇ ਭਾਰੀ ਮੀਂਹ ਦੀ ਸੰਭਾਵਨਾ। ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ। ਪਟਿਆਲਾ 'ਚ ਕੋਰੋਨਾ ਦੇ 21 ਹੋਰ ਨਵੇਂ ਮਾਮਲੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਵਿੱਚ ਕੋਰੋਨਾ ਨੇ ਆਪਣਾ ਕਹਿਰ ਮਚਾਇਆ ਹੋਇਆ, ਜਿਸ ਕਰਕੇ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਪੰਜਾਬ ਦੇ ਵਿੱਚ ਲੋਕਡਾਊਨ ਤੇ ਕਰਫਿਊ ਦੀ ਮਿਆਦ ਨੂੰ ਹੁਣ 17 ਮਈ ਤੱਕ ਕਰ ਦਿੱਤਾ, ਜਿਸ ਕਰਕੇ ਇੱਕ ਵਾਰ ਫੇਰ ਲੋਕਾਂ ਨੂੰ ਹੁਣ ਘਰਾਂ ਦੇ ਵਿੱਚ ਰਹਿਣਾ ਪਵੇਗਾ। ਤੇ ਇਹਦੇ ਨਾਲ ਹੀ ਬਟਾਲਾ ਪੁਲਿਸ ਨੇ ਇੱਕ ਜਾਗਰੂਕ ਰੈਲੀ ਕੱਢੀ ਆ, ਜਿਸ ਵਿੱਚ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਬਾਰੇ ਜਿੱਥੇ ਦੱਸਿਆ ਗਿਆ, ਉੱਥੇ ਹੀ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਵੀ ਜਿਹੜੀ ਕਿ ਹਦਾਇਤ ਇਹਨਾਂ ਅਫਸਰਾਂ ਵੱਲੋਂ ਜਾਰੀ ਕੀਤੀ ਗਈ ਹੈ। ਤੇ ਪੰਜਾਬ ਪੁਲਿਸ, ਖਾਸ ਕਰਕੇ ਬਟਾਲਾ ਪੁਲਿਸ, ਸਮੇਂ ਸਮੇਂ ਤੇ ਇਸ ਤਰ੍ਹਾਂ ਦੀਆਂ ਜਾਗਰੂਕ ਰੈਲੀਆਂ ਕੱਢਦੀ ਰਹਿੰਦੀ ਹੈ। ਤੇ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਬਟਾਲੇ ਦੇ ਅੰਦਰ ਇਹਨਾਂ ਜਾਂਬਾਜ ਆਫੀਸਰਾਂ ਨੇ ਬਾਜ਼ਾਰਾਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਆਮ ਲੋਕਾਂ ਨੂੰ ਰਾਹੀਂ ਇਸ ਬਿਮਾਰੀ ਬਾਰੇ ਜਾਣੂ ਕਰਵਾਇਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਜਿੱਥੇ ਗੁਰਦੀਪ ਸਿੰਘ DSP ਬਟਾਲਾ ਦੇ ਨਾਲ ਗੱਲਬਾਤ ਕੀਤੀ ਹੈ, ਉੱਥੇ ਸੁਖਦੇਵ ਸਿੰਘ ਸੁੱਖਾ, ਸਾਬਕਾ ਕੌਂਸਲਰ ਦੇ ਨਾਲ ਵੀ ਇਸ ਮੌਕੇ ਤੇ ਖਾਸ ਗੱਲਬਾਤ ਕੀਤੀ। ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਤੁਸੀਂ ਮੇਰਾ 1 ਮਹੀਨਾ 10 ਦਿਨ ਤੋਂ ਹਰ ਰੋਜ਼ ਲੈਕਚਰ ਅਟੈਂਡ ਕਰਦੇ ਆ, ਚੰਗੀ ਤਰ੍ਹਾਂ ਦੇ ਨਾਲ ਤੁਸੀਂ ਸੁਣਦੇ ਆ, ਉਹਦੇ ਉੱਤੇ ਅੱਗੇ ਵੀ ਖਰੇ ਉਤਰੋ, ਕਿਉਂਕਿ ਕਰੋਨਾ ਦੀ ਮਾਰ ਥੱਲੇ ਸਾਰੀ ਦੁਨੀਆ ਆਈ ਹੋਈ ਹੈ। ਅਸੀਂ ਬਟਾਲੇ ਵਾਸੀਆਂ ਨੇ ਬਚਣਾ ਹੈ ਅਤੇ ਅਸੀਂ ਇਹਨੂੰ ਬਚਾਉਣ ਵਾਸਤੇ ਦਿਨ ਰਾਤ ਮਿਹਨਤ ਕਰਾਂਗੇ ਅਤੇ ਤੁਹਾਡੇ ਵਾਸਤੇ ਹੀ ਅਸੀਂ ਕਰਦੇ ਰਵਾਂਗੇ ਔਰ ਹਰ ਰੋਜ਼ ਇਸੇ ਤਰੀਕੇ ਨਾਲ ਤੁਹਾਨੂੰ ਗਾਈਡ ਕਰਦੇ ਰਵਾਂਗੇ ਕਰੋਨਾ ਦੇ ਸਾਵਧਾਨੀਆਂ ਬਚਣ ਵਾਸਤੇ। ਮੈਂ ਉਹਨਾਂ ਸ਼ਰਾਰਤੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਫਰੰਟ 'ਤੇ ਕੰਮ ਕਰ ਰਹੇ ਹਾਂ, ਸਾਡੀ ਸਗੋਂ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ। ਜੇਕਰ ਕਿਸੇ ਪੁਲਿਸ ਕਰਮਚਾਰੀ ਨੇ ਦਬਕਾ ਮਾਰਿਆ ਜਾਂ ਕਿਸੇ ਨੇ ਡੰਡਾ ਮਾਰਿਆ ਤਾਂ ਉਹਦਾ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਲੋਕ ਦਬਕਾ ਵੀ ਤਾਂ ਹੀ ਮਾਰਦੇ ਹਾਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ, ਕਿਉਂਕਿ ਜੇਕਰ ਤੁਸੀਂ ਸੇਫ ਹੋ ਤਾਂ ਅਸੀਂ ਹਾਂ, ਜੇਕਰ ਤੁਸੀਂ ਸੇਫ ਨਹੀਂ ਤਾਂ ਅਸੀਂ ਸੇਫ ਕਿੱਥੇ ਹੋਵਾਂਗੇ, ਕਿਉਂਕਿ ਸਾਡੇ ਵੀ ਬੱਚੇ ਤੁਹਾਡੇ ਵਿੱਚ ਹੀ ਰਹਿੰਦੇ ਹਨ। ਸੇਫ ਰਹੋ, ਬਿਮਾਰੀ ਤੋਂ ਬਚੋ, ਕੁੰਡੇ ਲਾਓ। ਗਾਣਾ ਵੀ ਬਲਦੇਵ ਸਿੰਘ ਬੇਬੀ ਨੇ ਗਾਇਆ ਸੀ ਕਿ ਕੁੰਡੇ ਲਾ ਲਓ, ਆਪਣੀਆਂ ਜਾਨਾਂ ਬਚਾ ਲਓ। ਅਤੇ ਮੈਂ ਨਾ ਪੁਲਿਸ ਦਾ ਵੀ ਬਹੁਤ ਇਹਦੇ ਵਿੱਚ ਸੰਯੋਗ ਹੈ, ਬਹੁਤ ਰੋਲ ਹੈ। ਅਸੀਂ ਜੋ ਅਪੀਲ ਆਪਣੇ ਹਵਾਲਾ ਨਿਵਾਸੀਆਂ ਨੂੰ, ਸਾਰੇ ਵਰਲਡ ਨੂੰ, ਸਾਰੇ ਪੰਜਾਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਰਵੋ ਔਰ ਜਿੰਨਾ ਚਿਰ ਲੋਕਡਾਊਨ ਚੱਲਦਾ ਇਹ ਸਰਕਾਰਾਂ ਦਾ ਅਸੀਂ ਕਹਿਣਾ ਮੰਨੀਏ। ਕੋਈ ਵੀ ਗਰੀਬ, ਕੋਈ ਵੀ ਘਰ ਦੇ ਵਿੱਚ ਭੁੱਖਾ ਨਾ ਸੋ। ਅਸੀਂ ਹਰ ਤਰ੍ਹਾਂ ਦੇ ਸਹਿਮਤ ਹਾਂ, ਕੋਈ 10-15 ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਚਾਹ ਨਹੀਂ ਬਣਦੀ ਸਵੇਰੇ, ਉਹਨਾਂ ਨੂੰ ਅਸੀਂ ਕਿਲੋ ਕਿਲੋ ਦੁੱਧ ਵੀ ਦੇ ਰਹੇ ਹਾਂ ਹਰ ਡੇਲੀ। ਬਾਕੀ ਆਹ ਵੀ ਸਿਆਣੇ ਆ, ਇਸ ਵੇਲੇ ਪੂਰੇ 10 ਵਜੇ ਨੇ ਰੂਟ ਅਤੇ ਮਾਰਚ ਕਰ ਰਹੇ ਨੇ ਗੁਰਦੀਪ ਸਿੰਘ ਡਿਪਟੀ ਸਾਹਿਬ। ਮੈਂ ਨਾ ਪਹਿਲੀ ਵਾਰ ਸਰਦਾਰ ਡਿਪਟੀ ਸਾਹਿਬ ਜਿਹੜੇ ਗੁਰਦੀਪ ਸਿੰਘ ਨੇ, ਸਵਾਮੀ ਜੀ ਹੀ ਕਹਿੰਦੇ ਹਾਂ ਪਿਆਰ ਦੇ ਨਾਲ, ਲੇਕਿਨ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਬਟਾਲੇ ਦੇ ਵਿੱਚ ਪੁਲਿਸ ਦਾ ਬਹੁਤ ਜ਼ਿਆਦਾ ਸਹਿਯੋਗ। ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖੇਮਗਰਨ ਅਧੀਨ ਆਉਂਦੇ ਪਿੰਡ ਵਾ ਤਾਰਾ ਸਿੰਘ ਵਿਖੇ ਲਿਫਟਿੰਗ ਨਾ ਹੋਣ ਕਰਕੇ ਜਿੱਥੇ ਲੋਕ ਆੜਤੀਏ ਅਤੇ ਮਜ਼ਦੂਰ ਪਰੇਸ਼ਾਨ ਅਤੇ ਖੱਜਲ ਖੁਆਰ ਹੋ ਰਹੇ ਨੇ, ਉੱਥੇ ਹੀ ਆੜਤੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਜੇ ਤੱਕ ਕੋਈ ਵੀ ਲਿਫਟਿੰਗ ਮੰਡੀ ਵਿੱਚ ਨਹੀਂ ਕੀਤੀ ਜਾ ਰਹੀ ਹੈ, ਨਾ ਹੀ ਮੰਡੀ ਦੇ ਵਿੱਚ ਬਾਹਰ ਦਾਣਾ ਮਿਲ ਰਿਹਾ ਹੈ ਅਤੇ 99,000 ਪਰਚੇਜ਼ ਜਿਹੜੀ ਹੁਣ ਤੱਕ ਹੋ ਚੁੱਕੀ ਹੈ। ਜਿਹੜੀ ਲਿਫਟਿੰਗ ਹੈ ਉਹ 10,170 ਹੈ ਅਤੇ ਹਜੇ ਤੱਕ ਇਹ ਲਿਫਟਿੰਗ ਨਹੀਂ ਹੋਈ ਹੈ। ਸੋ ਜਿਸ ਦੇ ਚੱਲਦਿਆਂ ਹੁਣ ਇਹਨਾਂ ਆੜਤੀਆਂ ਦੀ ਬੇਚੈਨੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਉੱਥੇ ਮੌਸਮ ਵਿਭਾਗ ਵੱਲੋਂ ਵੀ ਇੱਕ ਵੱਡਾ ਸੰਕੇਤ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਅਤੇ ਖਾਸ ਗੱਲ ਇਹ ਹੈ ਕਿ ਇਹ ਮੰਡੀ ਪੂਰੀ ਤਰ੍ਹਾਂ ਕੱਚੀ ਹੈ, ਕੱਚੀ ਮੰਡੀ ਹੋਣ ਕਰਕੇ ਇੱਥੇ ਜ਼ਿਆਦਾ ਦਿੱਕਤ ਜਿਹੜੀ ਕਿ ਹੁਣ ਆ ਸਕਦੀ ਹੈ। ਤਰਨ ਤਾਰਨ ਪੱਟੀ ਤੋਂ ਬਲਜੀਤ ਸਿੰਘ ਦੀ ਖਾਸ ਰਿਪੋਰਟ। ਸਾਨੂੰ ਇਹ ਮੁਸ਼ਕਲ ਹੈਗੀ ਆ ਕਿ ਜਿਹੜਾ ਡਿਸਪੈਚ ਹੈ ਨਾ ਉਹ ਸਾਡੀ ਬਿਲਕੁਲ ਨਹੀਂ ਹੋ ਰਹੀ, ਮਤਲਬ ਜਿਹੜੀ ਹੋ ਰਹੀ ਆ ਉਹ ਕੋਈ 1-2 ਆੜਤੀਆਂ ਕੋਲ ਗੱਡੀਆਂ ਕੋਈ ਰਿਸ਼ਤੇਦਾਰਾਂ ਦੀਆਂ ਹੈਗੀਆਂ ਸੀ, ਉਹਨਾਂ ਨੇ ਆਪਦੀਆਂ ਲਿਆ ਕੇ
ਮਕਾਈ ਚੁਕੀ ਆ। ਸਿਰਫ ਟੈਂਡਰ ਕਾਰਡ ਨੇ ਅਜੇ ਤੱਕ 2 ਗੱਡੀਆਂ ਦਿੱਤੀਆਂ ਸੀ ਪਹਿਲੇ ਦਿਨ, ਉਸ ਤੋਂ ਬਾਅਦ ਕੋਈ ਗੱਡੀ ਨਹੀਂ ਘੱਲੀ। ਇਹਨਾਂ ਨੇ 1-2 ਆੜਤੀਆਂ ਨੇ ਆਪਦੇ ਰਿਸ਼ਤੇਦਾਰਾਂ ਦੀਆਂ 1-2 ਗੱਡੀਆਂ ਜਿਹੜੀਆਂ 2-4 ਚੁਕਾਈਆਂ ਨੇ, ਉਹ ਮਤਲਬ ਆਪਦੇ ਫੇਸ 'ਤੇ ਚੁਕਾਈਆਂ ਨੇ ਅਤੇ ਉਹ 36 ਰੁਪਏ ਕਿਰਾਇਆ ਦਿੰਦੇ ਆ, ਉਹ ਵੀ ਹੁਣ ਉਹਨਾਂ ਬੰਦ ਕਰਤੀਆਂ ਨੇ ਵੀ ਸਾਨੂੰ ਇੰਨਾ ਕਿਰਾਇਆ 12 ਨਹੀਂ ਖਾਂਦਾ। ਮਤਲਬ ਮਾਲ ਲੱਗਦਾ ਠਰੂ, ਉੱਥੇ ਡਿਸਪੈਚ ਜਿਹੜੀ ਇੱਕ ਅੱਧਾ ਦਿਨ ਲੱਗ ਜਾਂਦਾ। ਉਹਨਾਂ ਗੱਡੀਆਂ ਵਾਲਾ ਆਖਿਆ ਵੀ ਅਸੀਂ ਨਹੀਂ ਧੋ ਸਕਦੇ ਤੁਹਾਡਾ ਮਾਲ, ਅਤੇ ਨੀਵੀਂ ਮੰਡੀ ਆ, ਜੇ ਮੀਂਹ ਪੈ ਗਿਆ ਤਾਂ ਇਹ ਕਣਕ ਖਰਾਬ ਹੋ ਜਾਣੀ ਆ, ਅਤੇ ਸਾਡੇ ਬੱਸ ਦਾ ਰੋਗ ਨਹੀਂ ਇੱਥੇ। ਮਤਲਬ ਵੀ ਸਾਰੀ ਮੰਡੀ ਜਿਹੜੀ ਆ ਉਹ ਬਿਲਕੁਲ ਕਣਕ ਹੁਣ ਕੁਝ ਕਿਤੇ 5% ਜਾਂ ਮਤਲਬ ਬਾਹਰ ਕੋਈ ਰਹਿ ਗਈ ਆ, ਬਾਕੀ ਸਾਰੀ ਤੁੱਲੀ ਪਈ ਆ ਮੰਡੀ ਦੇ ਵਿੱਚ। ਟਾਂਕੇ ਲੱਗੇ ਨੇ ਅਤੇ ਢੋਣ ਦੀ ਸਮੱਸਿਆ ਹੈ ਮਤਲਬ, ਅਤੇ ਟੈਂਡਰ ਕਾਰ ਗੱਡੀਆਂ ਨਹੀਂ ਖਲਾਉਂਦਾ ਕੋਈ ਵੀ, ਅਤੇ ਅਸੀਂ ਬੜੇ ਔਖੇ ਹਾਂ ਅਤੇ ਪੱਲੇਦਾਰ ਵੀ ਔਖੇ ਆ ਵੀ ਜਿਨ੍ਹਾਂ ਨੇ ਭਰ ਕੇ ਬੋਰੀਆਂ, ਅਤੇ ਹੁਣ ਅਸੀਂ ਪੱਲੇਦਾਰਾਂ ਨੂੰ ਆਖਿਆ ਵੀ ਤੁਸੀਂ ਇਹਨੂੰ ਇਕੱਠੀ ਕਰੋ, ਅਤੇ ਉਹ ਆਉਂਦੇ ਆ ਵੀ ਪਹਿਲਾਂ ਸਾਡੇ ਨਾਲ ਪੈਸੇ ਦੱਸੋ ਵੀ ਕਿੰਨੇ ਦਿਓਗੇ ਇਕੱਠੀ ਕਰਨ ਦੇ ਕਣਕ। ਹਾਂਜੀ ਹਾਂਜੀ, ਅਤੇ ਮਤਲਬ ਚੱਕਾ ਲਾ ਦਿੰਦੇ ਆ, ਜੇ ਚੱਕਾ ਲਾ ਦਿੱਤਾ ਮੰਨ ਲਓ ਚੱਕਾ ਵੀ ਲਾ ਦਿੰਦੇ ਹਾਂ, ਅਤੇ ਥੱਲੇ ਪਾਣੀ ਪੈ ਗਿਆ ਕੱਚੀ ਮੰਡੀ ਆ, ਅਤੇ ਉਹ ਥੱਲਿਓਂ ਬੋਰੀਆਂ ਖਰਾਬ ਹੋ ਜਾਣੀਆਂ, ਅਤੇ ਉਹਦਾ ਜਿਹੜਾ ਨੁਕਸਾਨ ਆ ਉਹ ਕੌਣ ਭਰੂ। ਯਾਨੀ ਕਿ 99,900 ਖਣੀ ਕਿੰਨੇ ਮਤਲਬ ਪਰਚੇਜ ਹੋਈ ਆ ਅਜੇ ਤੱਕ, 90,000 ਤੋਂ ਥੋੜ੍ਹੀ ਜਿਹੀ ਘੱਟ ਆ ਮਤਲਬ, ਅਤੇ ਅਜੇ ਤੱਕ 10,100 ਕਿੰਨੇ ਕੱਟੇ ਜਿਹੜੀ ਆ ਲਿਫਟਿੰਗ ਹੋਈ ਆ, ਉਹ ਵੀ ਜਿਹੜੀ 10,000 ਹੋਈ ਆ ਉਹਦੇ ਵਿੱਚ 9,000 1-2 ਆੜਤੀਆਂ ਦੇ ਕੋਲ ਗੱਡੀਆਂ ਉਹਨਾਂ ਮਤਲਬ ਮੰਗਾ ਕੇ, 1-2 ਆੜਤੀਆਂ ਦੀ ਹੋਈ ਆ ਉਹਦੇ ਵਿੱਚ, ਉਹਨਾਂ ਆਪਦੇ ਰਿਸ਼ਤੇਦਾਰਾਂ ਤੋਂ ਗੱਡੀਆਂ ਮੰਗਾ ਕੇ ਕੀਤੀ ਆ, ਅਤੇ ਜਿਹੜੀ ਬਾਕੀਆਂ ਦੀ ਕਿਸੇ ਦੀ ਅੱਜ ਤੱਕ ਇਹ ਸਿੰਗਲ ਬੋਰੀ ਵੀ 5-6 ਆੜਤੀਆਂ ਦੀ, ਉਹ ਸਿੰਗਲ ਬੋਰੀ ਵੀ ਨਹੀਂ ਚੁੱਕੀ ਗਈ। ਮਤਲਬ ਸਾਨੂੰ ਮੁਸ਼ਕਲ ਆ ਰਹੀ 99,000 ਜਿਹੜੀ ਸਾਡੀ ਪਰਚੇਜ ਹੋਈ ਆ, ਹਾਂਜੀ ਤੱਕ ਜਿਹੜੀ ਲਿਫਟਿੰਗ ਹੈ ਉਹ 10,000 ਹੋਈ ਆ, ਅਤੇ ਬਾਰਿਸ਼ ਪੈਣ ਦਾ ਮੌਸਮ ਬਹੁਤ ਖਰਾਬ ਹੋਇਆ, ਅਤੇ ਜਿੰਨੀ ਵੀ ਕਣਕ ਉਹ ਸਾਰੀ ਖਰਾਬ ਹੋ ਜਾਵੇਗੀ। ਮੰਡੀ ਜ਼ਿੰਮੇਵਾਰ ਸਾਰਾ ਟੈਂਡਰ ਕਾਰ ਹੋਵੇਗਾ, ਅਤੇ ਮੰਡੀ ਕੱਚੀ ਹੈ ਤੁਹਾਡੀ? ਮੰਡੀ ਕੱਚੀ ਆ, ਫੜ ਬਹੁਤ ਨੀਵੇਂ ਆ। ਮੁਸ਼ਕਲ ਸਭ ਤੋਂ ਵੱਡੀ ਆ ਜੀ, ਅਜੇ ਤੱਕ ਸਾਨੂੰ ਬਾਰਦਾਨਾ ਨਹੀਂ ਮੰਡੀ ਵਿੱਚ ਪਹੁੰਚਿਆ, ਅਤੇ ਸਾਡੀ ਕਣਕ ਪਈ ਆ ਅਤੇ ਮੌਸਮ ਖਰਾਬ ਆ, ਜੇ ਮੀਂਹ ਪੈ ਗਿਆ ਸਾਡੀ ਕਣਕ ਖਰਾਬ ਹੋ ਜਾਣੀ ਆ, ਅਤੇ ਬਾਰਦਾਨਾ ਅਜੇ ਤੱਕ ਨਹੀਂ ਸੀ ਇੱਕ ਬੋਰੀ ਦੀ, ਉਹਦੇ ਪਹਿਲਾਂ ਮਤਲਬ ਜਿਹੜਾ ਤੁਰ ਚੁੱਕਾ ਹੁਣ ਬਾਰਦਾਨਾ ਨਹੀਂ ਆਉਣ ਦਿਆ, ਅਤੇ ਬਾਰਦਾਨਾ ਆਉਣਾ ਚਾਹੀਦਾ ਮੰਡੀ 'ਚ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਅਤੇ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਦੇ ਵਿੱਚ ਵੀ ਕੋਰੋਨਾ ਦੀ ਮਾਰ ਦਿਨੋ ਦਿਨ ਵੱਧਦੀ ਜਾ ਰਹੀ ਹੈ, ਅਤੇ ਇੱਕ ਵੱਡੀ ਖਬਰ ਜੋ ਨਿਕਲ ਕੇ ਆਈ ਆ, ਮਹਾਰਾਸ਼ਟਰ ਤੋਂ ਪਟਿਆਲਾ ਪਹੁੰਚੇ ਯਾਤਰੀਆਂ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਠਹਿਰਾਏ ਜਾਣ ਸੰਬੰਧੀ ਪ੍ਰਬੰਧਾਂ ਬਾਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਦੇ ਨਾਲ ਜਿੱਥੇ ਖਾਸ ਗੱਲਬਾਤ ਹੋਈ ਹੈ, ਉੱਥੇ ਹੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ ਤੇ SDM ਸਦਾ ਚਰਨਜੀਤ ਸਿੰਘ ਇਸ ਜਗ੍ਹਾ ਤੇ ਖਾਸ ਤੌਰ ਤੇ ਪਹੁੰਚੇ ਹੈ, ਤੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੇ ਇੰਤਜ਼ਾਮਾਂ ਦੀ ਸ਼ਲਾਘਾ ਵੀ ਕੀਤੀ ਹੈ। ਪਟਿਆਲਾ ਤੋਂ ਆਜ ਨਿਊਜ਼ ਵਾਲਾ ਬਿਊਰੋ ਦੀ ਖਾਸ ਰਿਪੋਰਟ। ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਹਿਯੋਗ ਨਾਲ ਜਿਹੜਾ ਕੀਤਾ ਜਾ ਰਿਹਾ ਹੈ, ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਇਸ ਤਰ੍ਹਾਂ ਦੇ ਕੋਈ ਆਦੇਸ਼ ਜਾਰੀ ਕੀਤੇ ਗਏ ਆ। ਕੀ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਹਜ਼ੂਰ ਸਾਹਿਬ ਤੋਂ ਯਾਤਰੂ ਇਸ ਸਰਾਂ ਮਾਤਾ ਨਾਨਕੀ ਸਰਾਂ ਦੇ ਵਿੱਚ ਕੁਆਰੰਟਾਈਨ ਕਾਂਦਵਾਸ ਕੀਤੇ ਗਏ ਹਨ, ਉਹਨਾਂ ਦਾ ਪ੍ਰਸ਼ਾਸਨ ਵੱਲੋਂ ਪੁੱਛਗਿੱਛ ਕਰਨ ਲਈ ਦੌਰਾ ਕੀਤਾ ਗਿਆ ਹੈ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਵੱਲੋਂ 3 ਲੰਗਰ ਦਿੱਤਾ ਜਾ ਰਿਹਾ ਹੈ, ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾ ਰਹੀ, ਰੂਟ ਵੀ ਦਿੱਤਾ ਜਾ ਰਿਹਾ ਹੈ, ਹਰ ਤਰ੍ਹਾਂ ਦੀ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਅਤੇ ਪ੍ਰਧਾਨ ਸਾਹਿਬ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਸ ਨੂੰ ਕਿਸ ਤਰ੍ਹਾਂ ਦੇ ਮੱਦੇਨਜ਼ਰ ਜਿਹੜੀ ਵਿਵਸਥਾ ਕੀਤੀ ਗਈ ਹੈ, ਕੀ ਹੈ? ਪ੍ਰਧਾਨ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਇਹਨਾਂ ਨੂੰ ਕੋਈ ਪ੍ਰੋਬਲਮ ਆਉਣ ਵੀ ਨਹੀਂ ਦਿੱਤੀ ਜਾ ਰਹੀ। ਅਤੇ ਰਿਹਾਇਸ਼ੀ ਅਤੇ ਲੰਗਰਾਂ ਦੇ ਕੀ ਪ੍ਰਬੰਧ ਨੇ? ਰਿਹਾਇਸ਼ ਬਹੁਤ ਵਧੀਆ ਰਿਹਾਇਸ਼ ਦਿੱਤੀ ਜਾ ਰਹੀ ਹੈ, ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਲੰਗਰ ਦਾ ਬਹੁਤ ਵਧੀਆ ਪ੍ਰਬੰਧ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਪੈਂਦੇ ਸ਼ਹਿਰ ਖੰਨਾ ਤੋਂ ਇੱਕ ਹਵਾਲਾਤੀ ਦੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਖੰਨਾ ਪੁਲਿਸ ਨੇ ਪਿੰਡ ਬਾਹੋ ਬਾਜਰਾ ਵਿਖੇ ਚੱਲ ਰਹੀ ਨਜਾਇਜ਼ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾ ਫਾਸ ਕੀਤਾ ਸੀ। ਇਸ ਦੋਸ਼ੀ ਦਾ ਕੋਰੋਨਾ ਟੈਸਟ ਕਰਵਾਏ ਜਾਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀ ਕੋਰੋਨਾ ਪੋਜ਼ਿਟਿਵ
पाया गया। तो लुधियाना दे विच कोरोना मरीजों की गिणती कुल हुण 100 पहुंच चुकी है। इन्हां विच 56 लोग महाराष्ट्र तो परते ने ते 6 व्यक्ति जिहड़े कि इस विच ठीक भी हो चुके ने। एक औरत ते एक कंबाइन का चालक जिसकी रिपोर्ट भी नैगेटिव आई है। इस बारे जानकारी दिंदे हुए SMO खन्ना रजिंदर गुलाटी ने इन्हां मामलों की पुष्टि की है। देश के वख-वख हिस्सों दे विच लोग फसे हुए ने ते उन्हां नूं कढ़न वास्ते रेलवे ने मैगा ऑपरेशन शुरू कर दिता। कल देश के वख-वख हिस्सों विच लॉकडाउन कारण फसे मजदूरों नूं लैके 6 ट्रेनां जिहड़ियां कि अपनी मंजिल वल पहुंचणगियां। कल रात तेलंगाना तो चली ट्रेन दे विच 1200 मजदूर समेत रांची दे हटिया पहुंचे, जिथे अज सवेरे नासिक तो चले 400 मजदूर ट्रेनां दे जरिए भोपाल पहुंच गए ने। उत्थे रेल मंत्रालय दीआं हदायतां दे मुताबिक 6 ट्रेनां दे प्रयोग दे तौर ते जिहड़ियां कि हुण चलाईआं जाणगीआं, जिस दे विच तेलंगाना तो झारखंड, महाराष्ट्र तो नासिक, यूपी तो लखनऊ, नासिक तो MP भोपाल, राजस्थान दे जयपुर तो बिहार पटना, राजस्थान तो कोटा, झारखंड रांची, केरल तो अलवा, उड़ीसा भुवनेश्वर तक ये गड्डियां चलाईया जाणगीआं। दरअसल गृह मंत्रालय ने वख-वख थावां उत्ते फसे मजदूर श्रद्धालु ते विद्यार्थियों वास्ते रेल मंत्रालय नूं स्पैशल रेलगड्डियां चलाउण दी आग्या मंगी है। ते उहदे विच इह खास गल कही गई है कि सोशल डिस्टेंसिंग दा खास करके ध्यान रख्या जाऊगा। ट्रेन दीआं बोगियां दे विच 75 दी छां जगह सिर्फ 56 लोगों नूं ही बिठाया जाएगा। तो गृह मंत्रालय दे दिशा निर्देशों के मुताबिक ट्रेन एक स्टेशन तो चल के दूजे स्टेशन किते भी नहीं रुकेगी। तो दोवें सूबों की सरकारां दी सहमति होनी बड़ी जरूरी है। सूबे दे विचों ट्रेन चलेगी, सरकार पहला सारे यात्रियों की स्क्रीनिंग करेगी, जिस विच कोरोना वायरस के कोई भी लक्षण होणगे उन्हां नूं ट्रेन विच जाण दी इजाजत बिल्कुल भी नहीं दित्ती जाऊगी। ट्रेन दे विच भीड़ ना होवे, मुसाफरां नूं सूबा सरकार दे नाल राबता कायम करना पऊगा ते सरकार तय करेगी किस नूं किस टाइम दे उपर भेजा जाएगा। ते ट्रेन दे जाण वास्ते यात्रियों नूं टिकट नहीं जारी की जाऊगी। ते इह ट्रेन विच किसे स्टेशन दे उपर रुकण दी कोई भी जो ऑप्शन नहीं होगी। ट्रेन एक जगह तो चल के ठीक अपनी मंजिल के उपर ही जाके रुकेगी। तो मंजिल ते पहुंचण मगरों उत्थे सूबा सरकार सारे यात्रियों नूं अपने वो क्वारंटाइन सेंटरां विच रखेगी, उन्हां दे घर पहुँचाएगी, स्क्रीनिंग करेगी। तो तमाम प्रबंध जो है सूबा सरकार वालों ही किए जाएंगे। दिल्ली समेत पूरे उत्तर भारत में आने वाले 3 दिन की धूड़ भरी हनेरी तूफान ते तेज हवावां दा आसार दस्या जा रहा है। भारतीय मैटरोलॉजिकल डिपार्टमेंट के मुताबिक 3 मई तो वैस्टर्न डिस्टरबेंस कारण मौसम दे विच वड्डी करवट आ सकती है। मौसम विभाग ने 3 ते 6 मई दे विच उत्तर पछम के इलाकों में रोज अलर्ट जारी कर दिता। इस दे मद्देनजर हरियाणा, चंडीगढ़, दिल्ली, उत्तर प्रदेश, जम्मू कश्मीर, हिमाचल प्रदेश, उत्तराखंड, राजस्थान के कुछ हिस्सों में तूफान ते मिट्टी की जिहड़ी कि हनेरी नाल तेज हवावां चलण दी चेतावनी जारी की है। मौसम विभाग के मुताबिक पछमी गड़बड़ी कारण दिन दे विच रात वर्गी जो हालात देखण नूं आउणगे, इस तरह की तब्दीलियां जो देखण नूं मिलणगियां। राजस्थान के चक्रवर्ती तूफान आउण दी संभावना भी दसी जा रही है। तो पछमी गड़बड़ी कारण पूरे उत्तर पछमी खेत्र 3-4 दिन मीह तूफान से 40 से 50 मिलीमीटर प्रति घंटे की तेज हवावां चलण नाल पछमी खेत्र के उपरले हिस्सों में बर्फबारी होने की संभावना भी दसी गई है। श्री हजूर साहब तो आए 25 श्रद्धालुओं में कोरोना की पुष्टि हुई है। तो इन 21 जने पटियाला तो संबंधित दसे जा रहे हैं। इस संबंध में जानकारी देते हुए सिविल सर्जन डॉक्टर हरीश मल्होत्रा ने दसिया कि कल लए गए 146 सैंपल जिन्हां विचों गुरुद्वारा दुख निवारण साहब विखे तख्त श्री हजूर साहब तो आए 95 श्रद्धालुओं समेत बस का स्टाफ कोविड जांच संबंधी सैंपल लैके कोविड जांच लई भेजे गए सन, वो शामिल ने। ते लैब तो प्राप्त रिपोर्टा के अनुसार 25 व्यक्ति कोरोना पॉजिटिव पाए गए हैं। तो ये सारे तख्त श्री हजूर साहब तो वापस पंजाब परत के आए हैं। तो जिन्हों 122 सैंपलों की रिपोर्ट नैगेटिव आई है। उन्होंने दसिया कि अज 25 पॉजिटिव केसा में 21 लोग पटियाले दे नाल संबंधित ने, जदों कि एक संगरूर ते जिला, एक जलंधर जिले दे नाल ते एक गुरदासपुर जिले दे नाल संबंधित श्रद्धालु दसिया जा रहा है। सो पंजाबी खबरों के अज दियां वड्डियां खबरां, होर खबरां इसे तरह तुहाडे नाल चलदियां रहणगियां। देश दुनिया दियां ताज़ा तरीन खबरां देखने वास्ते बने रहो आज न्यूज़ वाला दिन।